ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪ੍ਰਦੀਪ, ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗ। ਤੁਸੀਂ ਦੇਖੋ ਇੱਕ ਹਫ਼ਤੇ ਬਾਅਦ ਵਲੌਗ ਆ, ਵੈਸੇ ਉਹ ਵੀ ਦੋ ਚਾਰ ਦਿਨ ਬਾਅਦ ਆਈ ਜਾਂਦਾ, ਪਰ ਐਤਕੀ ਹਫ਼ਤਾ ਹੀ ਤਾਂ ਲੱਗ ਗਿਆ। ਇੱਕ ਮਿੰਟ ਚੁੱਪ ਕਰੋ। ਪਤਾ ਇੱਕ ਹਫ਼ਤਾ ਕਿਉਂ ਲੱਗ ਗਿਆ? ਕਿਉਂਕਿ ਆਪਣੇ ਆ ਗਈ ਚੈਨਲ 'ਤੇ ਕਮਿਊਨਿਟੀ ਗਾਈਡਲਾਈਨ ਸਟ੍ਰਾਈਕ। ਉਹ ਪਤਾ ਕਿਉਂ ਆਈ ਆ? ਕਿਉਂਕਿ ਗੁਰਧਿਆਨ ਹੁਣੀ ਕਿੱਦਾਂ ਲੜ ਰਹੇ ਸੀਗੇ, ਗੰਡਾਸੀਆਂ ਚੱਲ ਰਹੀਆਂ ਸੀ, ਬੜੀਆਂ ਤਿੱਖੀਆਂ, ਮਤਲਬ ਆਪਸ ਲੜ ਰਹੇ ਸੀ। ਮੈਂ ਵੀਡੀਓ ਪਾ ਤੀ, ਫਿਰ ਉੱਥੇ ਇੱਕ ਦਿਨ ਤਾਂ ਚੱਲ ਗਈ ਵੀਡੀਓ, ਦੂਜੇ ਦਿਨ ਆ ਗਿਆ ਕਮਿਊਨਿਟੀ ਗਾਈਡਲਾਈਨ ਸਟ੍ਰਾਈਕ, ਕਹਿੰਦੇ ਚਾਈਲਡ ਖਤਰੇ 'ਚ ਨੇ, ਤਾਂ ਕਰਕੇ ਤੁਸੀਂ ਗੰਡਾਸੀਆਂ ਬਾਅਦ ਚਲਵਾ ਤੀਆਂ। ਹੈਗਾ ਨੋਟ ਫੋਰ ਚਾਈਲਡ ਸੀ, ਪਰ ਉਹ 'ਚ ਨਾ ਜਵਾਕਾਂ ਦਾ ਮਤਲਬ ਥੋੜ੍ਹਾ ਹੋ ਸੀਗਾ, ਵੀ ਉਹ ਵੱਧ ਲੜ ਰਹੇ ਸੀ ਸੀਰੀਅਸ ਅਤੇ ਘੈਂਟ ਸੀ, ਮਤਲਬ ਫੁੱਲ ਬਣਾ ਕੇ ਲੜਾਈ ਯਾਰ। ਪਰ ਉਹ ਹੁਣ ਯੂਟਿਊਬ ਡਿਲੀਟ ਕਰਤੀ, ਵੀ ਤਾਂ ਜਵਾਕ ਹੋਰ ਵੀ ਸਿੱਖ ਸਕਦੇ ਨੇ ਵੀ ਲੜਾਈ ਕਰਨਾ ਜੇ ਵੋ, ਤਾਂ ਕਰਕੇ ਆਪਾਂ ਵੀ ਉਹ ਵੀਡੀਓ ਆਊਟ ਹੋ ਗਈ ਅਤੇ ਆਪਾਂ ਨੂੰ ਇੱਕ ਸਟ੍ਰਾਈਕ ਮਿਲ ਗਈ। ਹੁਣ ਇੱਕ ਹਫ਼ਤਾ ਵੀਡੀਓ ਨਾ ਨਹੀਂ ਆਈ ਹੈਗੀ, ਹੁਣ ਮੈਂ ਵੀਡੀਓ ਤਾਂ ਇੱਕ ਦੂਜੇ ਦੂਜੇ ਦਿਨ ਬਣਾਉਣ ਲੱਗ ਗਿਆ, ਚੱਲ ਪਾ ਇੱਕ ਹਫ਼ਤੇ ਬਾਅਦ ਹੋ ਅੱਗੇ ਵਾਸਤੇ ਕਹਿ ਰਿਹਾ ਕਰੀ ਵੀ ਤੁਸੀਂ ਨਹੀਂ ਲੜਨਾ, ਕਹਿਣ ਦੀ ਗੱਲ ਨਹੀਂ, ਉਹ ਜਿਹੜਾ ਲੜਾਈ ਹੋ ਰਹੀ ਆ ਉਹ ਸਟ੍ਰਾਈਕ ਕਮਿਊਨਿਟੀ ਤੋਂ ਹੋ ਆ ਪਰੇ ਆ, ਅਤੇ ਬਾਕੀ ਮੈਂ ਤਾਏ ਨੂੰ ਮਿਲ ਲਓ ਬਾਈ, ਤਾਇਆ ਸ਼੍ਰੀਕਾਲ ਸ਼੍ਰੀਕਾਲ, ਤਾਇਆ ਹੈਗਾ ਬਿਮਾਰ ਅੱਜ, ਸੋ ਤਾਂ ਕਰਕੇ ਅੱਜ ਕੰਮ ਤਾਂ ਨਹੀਂ ਕਰਦੇ, ਖਲੋ ਦੇਖਣ ਨੂੰ ਲਾ ਲੋੜ 'ਤੇ ਆਏ, ਮੈਂ ਗਾਹ ਪਾਇਆ ਇਹਨਾਂ ਨੇ ਚਿਲਡਰਾਂ ਨੇ। ਸੱਚ ਆਪਾਂ ਬੁਲਟ ਕੱਢ ਲਿਆ ਅੱਜ ਕਈ ਦਿਨਾਂ ਬਾਅਦ, ਹੈ ਨਾ, ਇਹ ਸਲਾਂਸਰ ਕਸਿਆ, ਪਹਿਲਾਂ ਤਾਂ ਸਲਾਂਸਰ ਨਹੀਂ ਸੀਗਾ, ਫਿਰ ਨੰਬਰ ਪਲੇਟ ਵੀ ਨਹੀਂ ਸੀਗੀ, ਨੰਬਰ ਪਲੇਟ ਲਾਈ ਹੋਈ ਸੀ ਨਾ ਲਾਈਟ ਜੀ, ਇਹ ਫਿਰ ਲਾਉਣੀ ਪੈ ਗਈ ਐਮਰਜੈਂਸੀ, ਕਿਤੇ ਜਾਣਾ ਤੇ ਮੈਨੂੰ, ਫਿਰ ਤਾਂ ਕਰਕੇ ਲਾਤੀ। ਬਾਕੀ ਇੱਦਾਂ ਬਰਗਰ ਖਾਣ ਜਾਣਾ 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 ਨਾ ਖਾ, ਪਰ ਕੋਈ ਧੱਕਾ ਤਾਂ ਹੈ ਨਹੀਂ, ਕਿੰਨੀ ਬੇਇੱਜ਼ਤੀ ਵਾਲੀ ਗੱਲ ਆ, ਤੂੰ ਛੱਡ ਗਿਆ ਉਹਨੂੰ, ਕਹਿੰਦਾ ਕਹਿੰਦਾ ਮਿਲ ਜਾਣਾ, ਚਲੋ ਬਾਈ ਬੁਲਟ ਦੇ ਪਟਾਕੇ ਪਜਾ ਪਿਆ, ਹਾਂ ਬਸ ਹੋ ਗਈ ਹੱਥ ਦੀ, ਉਹ ਥੱਲਿਓ ਪਿਆਉਂਦਾ ਸੀਗਾ ਮੈਂ ਸਪਾਰਕ ਪਲੱਗ ਤੋਂ, ਕਰਾਉਣੇ ਆ ਬੀ ਐਸ 3 ਚ ਕਨਵਰਟ। ਹਲੋ ਜੀ, ਮਿਲਖਾ ਦਾ ਤਾਰ ਤਾਂ ਬਿਮਾਰ ਹੈ, ਚੱਲ ਠੀਕ ਆ, ਸਤਿ ਸ਼੍ਰੀ ਅਕਾਲ ਵੀਰੇ। ਹੋਰ ਨਾ ਕੁਛ, ਤੈਨੂੰ ਲਿਆ ਦੀਏ, ਇੰਨੇ ਵਿਹਲੇ ਵੀ ਨਹੀਂ ਹੈਗੇ, ਜੇ ਖਾਣਾ ਤਾਂ ਚੱਲ ਨਹੀਂ ਰਹਿਣ ਦੇ, ਲੈ ਕੇ ਨਹੀਂ ਆਉਣਾ ਬਸ ਅਸੀਂ। ਹਲੋ ਵੀ ਮਿੱਤਰੋ, ਤੁਹਾਨੂੰ ਪਿਆ ਕੇ ਤੁਹਾਨੂੰ ਸਪਾਰਕ ਪਲੱਗ ਨਾ ਬਣਾ, ਕਰੰਟ ਵੀ ਲਾ ਸਕਦਾ ਤੇ ਗਰਮ ਹੁੰਦਾ ਇੰਜਣ, ਸੋ ਪੰਗਾ ਨਾ ਲਿਓ ਤਾਂ ਵਧੀਆ। ਕਨਵਰਟ ਯਾਰ ਮੈਂ ਸੋਚਿਆ ਸੀ ਕਲੱਕ ਤੇ ਕਰਾਵਾਂਗੇ, ਤੇ ਕਲੱਕ ਤੁਸੀਂ ਘਰ ਚ ਨਹੀਂ ਆਉਂਦੇ, ਹੁਣ ਕੀ ਕਰੀਏ ਸਮਝ ਨਹੀਂ ਆਉਂਦੀ, ਚਲੋ ਦੇਖਦੇ ਹਾਂ ਕੋਈ ਹੋਰ ਟਾਰਗੇਟ ਰੱਖਦੇ ਹਾਂ, ਫੇਲ ਪਾਉਂਦੇ ਹਾਂ ਬੀ ਐਸ 3 ਕਰਦੇ ਹਾਂ। ਐਡਾ ਬੂਝੜਾ ਬਾਈ ਇਹ ਹੁਣ ਅੱਖ ਚ ਪੈ ਗਿਆ ਇੰਦਰ, ਮੇਰੀ ਕੀ ਗਲਤੀ ਆ, ਅਸੀਂ ਉਧਰੋਂ ਜਾਣਾ ਸੀ, ਪਹਿਲਾਂ ਤਾਂ ਗਲਤ ਮੁੜ ਗਿਆ ਠੀਕ ਆ, ਇਹ ਇੱਧਰ ਆਉਣ ਵਾਸਤੇ ਪਹੀ ਯੂਜ਼ ਕੀਤੀ, ਪਹੀ ਦੇ ਵਿੱਚ ਰੋੜੇ ਦੇ ਟੁੱਟਾ ਕੰਚ ਵਰਗਾ ਇੱਟ ਵਰਗਾ ਹੋ ਰਿਹਾ ਸਿਰ 'ਚ ਵੱਜਿਆ, ਮਜ਼ਾ ਆਇਆ ਚੱਲ, ਇਹ ਤੁਹਾਨੂੰ ਰੱਬ ਨੇ ਸਜ਼ਾ ਦਿੱਤੀ, ਆਹ ਰੋੜਿਆਂ 'ਤੇ ਰੋਕ ਲੈ ਲੈ, ਚੱਲ ਹੁਣ ਤੋੜ ਲਾ, ਟਾਇਰ ਖਰਾਬ ਕਰਨੇ ਨੇ ਦੱਸ ਹੁਣ, ਨਾ ਤੂੰ ਨਹੀਂ ਜਿਹਨਾਂ ਬੋਲਟ ਆ। ਚਲੋ ਜੀ ਹੁਣ ਹੋ ਗਿਆ ਨੈਕਸਟ ਡੇ, ਅਤੇ ਕੱਲ੍ਹ ਅਸੀਂ ਬਰਗਰ ਬੁਰਗਰ ਜਿਹਾ ਖਾ ਲਿਆ ਸੀ, ਪਰ ਹਨੇਰਾ ਹੋ ਗਿਆ ਸੀ, ਵੀਡੀਓ ਨਹੀਂ ਸੀ ਮੈਂ ਬਣਾਈ ਫਿਰ, ਅਤੇ ਨਾ ਉੱਧਰ ਦੇਖੋ ਬਲੈਕ ਗਿਆ ਖੇਡਣ ਲੱਗਿਆ ਕ੍ਰਿਕਟ, ਆਹ ਗੁਰਤਾ ਮੈਨੂੰ ਕਿੱਦਾਂ ਕਹਿੰਦਾ ਇਹਨੂੰ ਵੀਰੇ, ਹਟਾ ਲਾ ਕਿਉਂਕਿ ਉਹ ਇਕੱਲਾ ਹੀ ਦਾਦਾਗਿਰੀ ਜੀ ਕਰ ਦਊ ਇਹਨਾਂ 'ਤੇ, ਹਟ ਜਾ ਹੁਣ ਤੂੰ ਬਸ ਕਰ, ਤੁਹਾਨੂੰ ਮਾਰਾ ਗੋਲੀ, ਅਤੇ ਆਪਾਂ ਮੈਂ ਤੁਹਾਨੂੰ ਕਿਹਾ ਸੀਗਾ ਬੀ ਐਸ 3 'ਚ ਕਰਵਾਉਣ ਨੂੰ ਜੀ ਕਰਦਾ, ਸੋ ਐਂ ਕਰੋ ਕਮੈਂਟ ਕਰਕੇ ਦੱਸਿਓ
ਵੀ BS3 ਚ ਆਪਾਂ ਕਨਵਰਟ ਕਰਾ ਲਈਏ ਕਿ ਨਾ ਕਰਾਈਏ। ਮੈਂ ਪਤਾ ਕਿਉਂ ਨਹੀਂ ਕਰਵਾਉਣਾ ਚਾਹੁੰਦਾ ਸੀ, ਮਤਲਬ ਹੁਣ ਤੱਕ ਕਿਉਂ ਨਹੀਂ ਕਰਾਇਆ, ਇਹ ਕੁਛ ਕੁ ਫਾਇਦਾ ਹੈਗਾ ਜਿਵੇਂ ਸਲੋ RPM ਤੇ ਪਟਾਕਾ, ਇਹਨਾਂ ਕਰਕੇ ਆਪਾਂ ਕਰਾਉਣਾ। ਤੇ ਜਿਹੜਾ ਨੁਕਸਾਨ ਨੇ ਉਹ ਜਿਵੇਂ ਆਇਆ ਵੀ EFI ਪ੍ਰੋਬਲਮ, EFI ਸਿਸਟਮ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਇੱਕ ਵਾਰ ਵੀ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ। ਜੇ ਪ੍ਰੋਬਲਮ ਆਈ ਹੁੰਦੀ ਫਿਰ ਆਪਣਾ ਜੀ ਵੀ ਕਰਦਾ ਚੇਂਜ ਕਰਾਉਣ ਨੂੰ। ਇੱਕ ਤਾਂ ਆਹ ਪੰਗਾ ਵੀ ਕੋਈ ਪ੍ਰੋਬਲਮ ਨਹੀਂ, ਇਸ ਚੰਗਾ ਪਹਿਲਾਂ ਚੱਲੀ ਜਾਂਦਾ ਇਹ, ਅਤੇ ਮਤਲਬ ਕਿ ਦੂਜੇ ਨੰਬਰ 'ਤੇ ਜਿਵੇਂ ਮਰਜ਼ੀ ਕਿੱਕ ਮਾਰੋ ਸਟਾਰਟ ਕਰਕੇ ਲੈ ਜਾਓ, ਨਾ ਕੋਈ ਚੋਕ ਲਾਉਣ ਦੀ ਲੋੜ, ਨਾ ਕੁਛ ਹੋਰ, ਮਤਲਬ ਕਿ ਇੰਨਾ ਈਜ਼ੀ ਟੂ ਉਹ ਆ ਡਰਾਈਵ ਹੈ ਵੀ ਜਿੰਨਾ ਕਹਿ ਦਿਓ ਵੀ ਕੋਈ ਪ੍ਰੋਬਲਮ ਹੈ ਹੀ ਨਹੀਂ। ਤਾਂ ਕਰਕੇ ਨਹੀਂ ਸੀ ਜੀ, ਤਾਂ ਬਾਕੀ ਹੁਣ ਉਹਦੇ ਥੋੜ੍ਹੇ ਅਲੱਗ ਫਾਇਦੇ ਹੋਣਗੇ, ਤੇਲ ਘਟਾ ਦਾ ਸਕਦਾ, ਐਵਰੇਜ ਵੀ ਉਸੇ ਵਧੀਆ ਆ ਰਹੀ ਹੈ, ਵੀ ਨਹੀਂ ਕਹਿ ਸਕਦੇ ਵੀ ਐਵਰੇਜ ਨਹੀਂ ਦੇ ਰਿਹਾ ਹੈ, ਸਾਰੇ ਪਾਸੋਂ ਸਹੀ ਆ। ਕਾਰਬੋਰੇਟਰ ਲਵਾਉਣ ਦਾ ਮਤਲਬ ਬਣਦਾ ਨਹੀਂ ਸੀ, ਪਰ ਉਹਦਾ ਐਂ ਵੀ ਤੇਲ ਆਪਾਂ ਹੋਰ ਵੀ ਘਟਾ ਸਕਾਂਗੇ ਅਤੇ ਨਾਲੇ ਦੁੱਗ ਵੀ ਕਰੂਗਾ ਅਤੇ ਨਾਲੇ ਆਪਣੇ ਵੈਸੇ ਵੀ ਥੋੜ੍ਹਾ ਕੰਟੈਂਟ ਚੱਲ ਜੂਗਾ, ਦੇਖਾਂਗੇ। ਸੋ ਤਾਂ ਕਰਕੇ ਮੈਂ ਸੋਚਦਾ ਰਿਹਾ ਕਾਰਬੋਰੇਟਰ ਲਵਾਉਣ ਨੂੰ, ਤੁਸੀਂ ਕਮੈਂਟ ਕਰਕੇ ਦੱਸੋ ਵੀ ਹੁਣ ਕਾਰਬੋਰੇਟਰ ਲਵਾ ਲਈਏ ਆਪਾਂ, ਫਿਰ ਤਾਂ ਆਪਾਂ ਕੁਛ ਕੁ ਦਿਨਾਂ ਦੇ ਵਿੱਚ ਆਉਂਦੇ ਕੁਛ ਦਿਨਾਂ 'ਚ ਪੈਸੇ ਵੀ ਇਕੱਠੇ ਕਰਨੇ, 20,000 ਰੁਪਏ ਤਾਂ ਲੱਗੂਗਾ ਕਾਰਬੋਰੇਟਰ ਲਾਉਣ 'ਚ। ਜਿਹੜਾ ਤਾਂ ਸਮਾਨ ਉਹ ਵੇਚਣਾ ਨਹੀਂ ਆਪਾਂ ਕੋਲ ਹੀ ਰੱਖਾਂਗੇ, ਕਿਉਂਕਿ ਜੇ ਦੁਬਾਰਾ ਚੇਂਜ, ਮੈਂ ਬਸ ਪੁੱਛਿਆ ਕਹਿੰਦਾ ਚੇਂਜ ਕਰਨ ਦੀ ਲੋੜ ਨਹੀਂ, ਮੈਨੂੰ ਕਾਰਬੋਰੇਟਰ ਇੰਨਾ ਵਧੀਆ ਲੱਗਦਾ ਲੋਕਾਂ ਨੂੰ। ਸੋ ਫਿਰ ਆਪਾਂ ਕਾਰਬੋਰੇਟਰ ਸ਼ਾਇਦ ਹੁਣ ਕਰਾ ਦਈਏ, ਬਾਕੀ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਦੇਖਾਂਗੇ। ਅਤੇ ਨਾ ਅੱਜ ਮੈਂ ਗਿਆ ਸੀਗਾ ਖੰਨੇ, ਅਤੇ ਉੱਥੋਂ ਲਿਆਉਂਦੀਆਂ ਨੇ ਆਪਾਂ ਵਿੰਗਸ ਵਾਲੀਆਂ ਲਾਈਟਾਂ, ਪਹਿਲਾਂ ਤੁਸੀਂ ਮਾੜੀ ਉਹ ਕਲਿੱਪ ਦੇਖ ਆਓ, ਫਿਰ ਮਿਲਦਾ ਤੁਹਾਨੂੰ। ਚਲੋ ਜੀ, ਆਪਾਂ ਆਏ ਸੀ ਬਿਗ ਗ੍ਰਾਫਿਕਸ 'ਤੇ। ਸੋ ਮੈਂ ਸੋਚਿਆ ਵੀ ਜਿਹੜੀਆਂ ਵਿੰਗ ਵਾਲੀਆਂ ਲਾਈਟਾਂ ਜਿਹੜੀਆਂ ਕਾਫੀ ਚੱਲੀਆਂ ਸੀ, ਇਹ ਵੀ ਆਪਾਂ ਵੀ ਲਾ ਕੇ ਦੇਖੀਏ। ਸੋ ਆਪਾਂ ਲੈ ਕੇ ਚੱਲੇ ਹਾਂ, ਹੈਗੀਆਂ ਤਾਂ ਮਹਿੰਗੀਆਂ ਨੇ, ਬਾਕੀ ਤੁਹਾਨੂੰ ਲਾ ਕੇ ਦਿਖਾਵਾਂ ਬੁਲਟ 'ਤੇ, ਬੁਲਟ 'ਤੇ ਲਾਵਾਂਗੇ, ਗੱਡੀ 'ਤੇ ਲਾਉਣੀ ਹੈਗੀ। ਹੋਰ ਜੀ ਕੀ ਹਾਲ ਚਾਲ ਨੇ? ਵਧੀਆ ਵਧੀਆ, ਕਿਰਪਾ ਤੁਹਾਡੀ ਫੁੱਲ। ਬਾਕੀ ਕੋਈ ਨਵੀਂ ਨਵੀਂ ਲਾਈਟ ਲਿਆ ਕੇ ਰੱਖੋ ਫਿਰ, ਘੈਂਟ ਤੋਂ ਘੈਂਟ ਤੋਂ ਬੰਦੇ ਭੇਜੀਏ, ਕਿਉਂਕਿ ਹਲੇ ਤਾਂ ਫਿਲਹਾਲ ਉਹੀ ਜਿਹੜੀਆਂ ਨੋਰਮਲ ਲਾਈਟਾਂ ਹੈਗੀਆਂ ਉਹ ਹੈਗੀਆਂ ਨੇ, ਆਹ ਵਾਲੀ ਦੇਖਣੀਆਂ ਲਾ ਕੇ ਜੇ ਵਧੀਆ ਲੱਗੀ ਫਿਰ ਤੁਸੀਂ ਇੱਥੋਂ ਲੈ ਜਾਓ, ਅਤੇ ਆਇਓ ਜ਼ਰੂਰ ਬੀ ਕੇ ਗ੍ਰਾਫਿਕਸ 'ਤੇ ਮੋਬਾਈਲ ਨੰਬਰ। ਸੋ ਠੀਕ ਹੈ ਜੀ, ਮਿਲਦੇ ਆਪਾਂ। ਆਪਾਂ ਲਾਈਟਾਂ ਰੱਖਦੀਆਂ ਇੱਥੇ, ਦੇਖੋ ਸਰ ਥਾਰ 'ਚ ਇੰਨੀ ਕੁ ਜਗ੍ਹਾ ਵੀ, ਇੱਥੇ ਫਿੱਟ ਆਉਂਦੀਆਂ ਨੇ, ਆਹ ਲਾ ਦੀ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਘਰ ਨੂੰ, ਮਾੜਾ ਜਿਹਾ ਕੰਮ ਆਏ ਸੀਗੇ ਅਸੀਂ, ਅਤੇ ਹੁਣ ਮੋਲਟ 'ਤੇ ਜਾ ਮੋਲਟ ਗਿਆ ਮੈਂ ਮੋਲਟ ਗਿਆ, ਮੈਨੂੰ ਮੋਲਟ ਸੁਣਿਆ, ਮੈਨੂੰ ਵੀ ਮੋਲਟ ਸੁਣਿਆ, ਮੋਲਟ ਜਾ ਕੇ ਫਿੱਟ ਕਰਾਂਗੇ। ਸੋ ਚਲੋ ਚੱਲਦੇ ਹਾਂ ਘਰੇ। ਤਾਂ ਜੀ ਉਹ ਵਿੰਗ ਵਾਲੀਆਂ ਲਾਈਟਾਂ ਜਿਹੜੀਆਂ ਉਹ ਗੱਡੀ 'ਚ ਪਈਆਂ, ਮੈਂ ਚੱਕ ਕੇ ਲੈ ਕੇ ਆਪਾਂ ਆਪਣਾ ਗੱਡ ਖਾਨਾ ਇੱਥੇ ਜਾ ਕੇ, ਇੱਥੇ ਜਾ ਕੇ, ਇੱਥੇ ਜਾ ਕੇ, ਆਹ ਬਈ। ਚਲੋ ਜੀ, ਆਹ ਆਪਣੀਆਂ ਲਾਈਟਾਂ ਨੇ ਏਂਜਲ ਵਿੰਗਸ, ਠੀਕ ਹੈ, ਏਂਜਲ ਵਿੰਗਸ। ਅਤੇ ਇਹਦਾ ਸਾਰਾ ਕੁਛ ਹੀ ਲਗਭਗ ਉਹ ਲਿਖਿਆ ਹੋਇਆ ਚਾਈਨੀਜ਼, ਕੋਈ ਸਮਝ ਤਾਂ ਆ ਨਹੀਂ ਰਿਹਾ, ਪਰ ਮਾੜਾ ਮੋਟਾ ਤਾਂ ਆ ਹੀ ਰਿਹਾ, ਜਿਵੇਂ ਕਿ ਬੈਟਰੀ 'ਤੇ 12 ਵੋਲਟ ਵਾਲੇ ਕਰੰਟ ਨਾਲ ਚੱਲਦੀ ਆ, ਇਹ ਵੋ ਅਤੇ ਇਹੋ ਜਿਹਾ ਕੁਛ ਲਿਖਿਆ ਹੋਇਆ। ਪਰ ਇਹਦੇ 'ਚ ਪਤਾ ਕੀ ਆ, ਕੀ ਮਿਲਦਾ ਆਪਾਂ ਨੂੰ, ਓਰੇ ਬਾਬਾ, ਇੱਕ ਤਾਂ ਡੱਬੀ ਮਿਲਦੀ ਆ, ਇਹ ਡੱਬੀ ਦੇ ਵਿੱਚ ਹੈਗੀ ਆਪਾਂ ਨੂੰ ਬਿੱਟ ਦਿੱਤਾ, ਮਤਲਬ ਡਰਿੱਲ 'ਚ ਲਾ ਕੇ, ਆਹ ਦੇਖੋ ਇਹ ਉੱਪਰ ਡਰਿੱਲ 'ਚ ਲਾ ਕੇ, ਇਹਨਾਂ ਡਰਿੱਲ 'ਚ ਲਾ ਕੇ ਘੁਮਾਵਾਂਗੇ, ਗਲੀ ਕੱਢ ਸਕਦੇ ਹਾਂ ਆਪਾਂ, ਐਡੀ ਚੌੜੀ ਗਲੀ ਨਿਕਲੂਗੀ, ਇਹ ਗਲੀ ਦੀ ਕਿਉਂ ਲੋੜ ਆ। ਆਹ ਦੇਖੋ ਜੀ, ਆਹ ਲਾਈਟ ਆ, ਇਹ ਫਿੱਟ ਹੁੰਦੀ ਆ ਸ਼ੀਸ਼ਿਆਂ ਦੇ ਵਿੱਚ, ਤੁਹਾਨੂੰ ਦਿਖਾਉਂਦੇ ਕਿਹੜਿਆਂ 'ਚ, ਜਿਵੇਂ ਕਿ ਆਹ ਸ਼ੀਸ਼ਾ, ਸ਼ੀਸ਼ੇ ਦੇ ਨਾ ਉਰੇ ਥੱਲੇ ਪਾਸੇ ਉਰੇ ਸ਼ੀਸ਼ਾ ਖੋਲ੍ਹ ਕੇ ਗਲੀ ਨਿਕਲੂਗੀ, ਇਹਦੇ ਨਾਲ ਦੇਖੋ ਐਂ ਯੂੰ ਕਰਕੇ ਨੇ ਇੱਡੀ ਗਲੀ ਕੱਢ ਦੇਣੀ, ਉਰੇ ਲਾਈਟ ਫਿੱਟ ਹੋ ਜੂ, ਫਿਰ ਲਾਈਟ ਥੱਲੇ ਵੱਜੂਗੀ ਉਰੇ, ਉਹਦੇ ਨਾਲ ਵਿੰਗ ਬਣ ਦੇਗੇ। ਸੋ ਥੰਗ ਬਣਨਗੇ, ਸੋ ਇਹਦੇ ਵਿੱਚ ਤਾਂ ਆਪਾਂ ਲਾਉਣੀ ਨਹੀਂ ਹੈਗੀ, ਕਿਉਂਕਿ ਗਲੀ ਕੋਲੋਂ ਕੱਢਣੀ ਆ ਵਾਧੂ ਦੀ, ਅਤੇ ਗੱਡੀ 'ਚ ਵੈਸੇ ਮੈਨੂੰ ਲਾਉਣ ਨੂੰ ਜੀ ਨਹੀਂ ਕਰਦਾ, ਆਪਾਂ ਲਾਉਣੀ ਬੁਲਟ 'ਤੇ। ਸੋ ਬੁਲਟ ਦਾ ਕੋਈ ਚੱਕਰ ਹੈ ਨਹੀਂ, ਉਹ ਤਾਂ ਲੜਾਈ ਪੈ ਗਈ, ਉਹ ਤਾਂ ਜਿਹੜੀ ਨਾਲ ਲੜਾਈ ਨਾ ਦਿਖਾ, ਲੜਾਈ ਕਰਕੇ ਤਾਂ ਚੈਨਲ ਬੰਦ ਹੋਇਆ, ਲੜਪੋ ਲੜਪੋ ਕੀ ਇਹਦੇ ਵਿੱਚ, ਇੱਕ ਤਾਂ ਆਪਾਂ ਲਾਈਟ ਮਿਲਦੀ ਆ, ਲਾਈਟ ਮਿਲਦੀ ਆ, ਆਹ ਕੀ ਆ ਕਨੈਕਟਰ, ਓਹੋ ਦੇਖੋ, ਓਰੇ ਬਾਬਾ, ਮਤਲਬ ਕਿ ਵਧੀਆ ਫਿਟਿੰਗ ਲੱਗੇ, ਮਾੜੀ ਨਾ ਲੱਗੇ ਉਹਦੇ ਕਰਕੇ ਆ, ਵੀ ਮਤਲਬ ਕਿ ਇਹਨੂੰ ਤਾਰਾਂ ਨੂੰ ਤੁਸੀਂ ਲਗੋ ਲੈਣਾ, ਚਲੋ ਬਾਕੀ ਜਿਹੜਾ ਲੱਗੇ ਲਓ, ਤਾਰ ਨਾਲ ਤਾਰ ਜਿੱਦਾਂ ਚੜ ਕੇ ਮਾਵਾਂ ਕੱਥੇ ਹੋਏ ਨਾ ਤੀਆਂ, ਪਰ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੇ ਪੀਲੀ ਲਾਈਟ ਕਿਉਂ ਰੱਖਦੀ, ਨਾਲੇ ਚ ਰੰਗ ਤਾਂ ਇੱਕੇ ਆ, ਪਤਾ ਨਹੀਂ ਸਿਸਟਮ ਕੀ ਆ, ਇਹਦੇ ਨਾਲ ਚੱਲ ਨਹੀਂ ਰਹੀ ਆ, ਇਹ ਬਲਿੰਕ ਬਲੂੰਕ ਕਰਨ ਵਾਲਾ ਹੋਊਗਾ, ਆ ਇੰਡੀਕੇਟਰ ਤੇ ਆ ਮੇਰੇ ਹਿਸਾਬ ਨਾਲ ਲਿਖਿਆ ਹੋਇਆ ਇੱਥੇ, ਆ ਦੇਖ ਊਂ ਤਾਂ ਮੈਨੂੰ ਸਮਝ ਨਹੀਂ ਆ ਰਹੀ, ਸ਼ਾਇਦ ਆਪਾਂ ਟਰਾਂਸਲੇਟ ਕਰਕੇ, ਏਂਜਲ ਵਿੰਗਸ ਕੰਟਰੋਲ ਮੈਨੂਅਲ, ਇਨਵਰਟ ਰੈੱਡ ਪੋਜ਼ਿਟਿਵ 'ਚ ਦੇਣੀ ਆ, ਬਲੈਕ ਨੈਗੇਟਿਵ 'ਚ ਦੇਣੀ ਆ, ਠੀਕ ਆ, ਯੈਲੋ ਲਾਈਨ ਕਨੈਕਟ ਟੂ ਦੀ ਪੋਜ਼ਿਟਿਵ ਪੋਲ ਫੋਰ ਦੀ ਟਰਨ ਸਿਗਨਲ, ਮੈਨੂੰ ਲੱਗਦਾ ਇੰਡੀਕੇਟਰ ਦੀ ਹੈ।
ਚਲਾ ਕੇ ਹੋਣੇ ਆ ਜਾਓ ਗੱਡੀ ਚ ਚਲਾ ਕੇ ਹੋਣੇ ਉਹ ਧਿਆਨ ਰੱਖੀ ਕਿਤੇ ਓਏ ਤੂੰ ਕੈਮਰਾ ਕਿੱਧਰ ਕੱਢ ਰਹੀ ਹੈ ਇੱਕ ਸੋਨੀਏ ਸ਼ਿਕਾਗੋ ਕੌਂਡੀ ਕੱਪਿਆ ਕਰੋਣਾ ਨੈਗੇਟਿਵ 'ਚ ਲੱਗਣੀ ਹੁੰਦੀ ਹੈ ਤਾਂ ਗਰੰਟੀ ਹੈ ਉਹਨਾਂ ਦੀ ਵਧੀਆ ਇਹਨਾਂ ਨੇ ਪਲਾਜਾ ਦਿੱਤਾ ਹੋਇਆ ਅਲੱਗ ਹੀ ਨੈਗੇਟਿਵ 'ਚ ਵੀ ਪੋਜ਼ੀਟਿਵ ਵਾਲੀ ਦੇਖੋ ਲੱਗ ਕੇ ਚੱਲਣੀ ਚਾਹੀਦੀ ਹੈ ਪਰ ਜਦ ਕਿ ਦੇਖੋ ਚੱਲੀ ਨਹੀਂ ਬਲਿੰਕ ਜੀ ਕਰਕੇ ਹਟ ਗਈ ਪਤਾ ਨਹੀਂ ਕੀ ਚੱਕਰ ਮੈਨੂੰ ਨਹੀਂ ਪਤਾ ਵੀ ਰੈੱਡ ਦੇਖ ਚੱਲੀ ਕਿਉਂ ਨਹੀਂ ਦੋਨੋਂ ਹੀ ਨਹੀਂ ਚੱਲਦੀ ਮੈਂ ਪਹਿਲਾਂ ਚਲਾ ਕੇ ਦੇਖਿਆ ਸੀ ਜਿਹੜੀ ਯੈਲੋ ਵਾਲੀ ਹੈ ਇਹ ਲਾਵਾਂਗੇ ਫਿਰ ਪ੍ਰੋਪਰ ਨਹੀਂ ਚੱਲਦਾ ਪਰ ਹੁਣ ਦਿਖਾਉਣਾ ਦੇਖੋ ਨਾ ਦੇਖ ਦੇਖ ਖੰਭਾ ਜੇ ਨੇੜੇ ਕਰਾਂਗੇ ਉਨਾ ਛੋਟਾ ਹੋ ਜਾਊ ਕਲੀਅਰ ਹੋ ਜਾਊ ਦੂਰ ਕਰਾਂਗੇ ਉਨਾ ਹੀ ਫਿੱਕਾ ਹੋ ਜਾਊ ਤੇ ਉਹ ਉਧਰ ਦੇਖ ਲੈ ਕਿੰਨਾ ਘਟਦਾ ਵਾ ਹਨਾ ਠੀਕ ਆ ਸਹੀ ਆ ਆਹ ਦੇਖ ਜਿਹੜੀ ਆਪਣੀ ਆਹ ਲੇਜ਼ਰ ਲਾਈਟ ਲੱਗੀ ਇਹ ਵੀ ਉਹ ਜਿਹੀ ਸੇਮ ਚੀਜ਼ ਆ ਜਾਨੀ ਬਸ ਇਹਨੇ ਸਿੱਧੀ ਲਾਈਨ ਮਾਰਨੀ ਹੈ ਇਹਨੇ ਜਾਨੀ ਫੰਗ ਮਾਰਨਾ ਬਸ ਇੰਨਾ ਕੁ ਫਰਕ ਹੈ ਪੰਛੀ ਬਣੂ ਲੈਣਾ ਉਲਣਾ ਕੁਝ ਨਹੀਂ ਬਸ ਇਹ ਲਾਈਟ ਮੱਚੂ ਲੱਗ ਨਹੀਂ ਸਕਦੀਆਂ ਕਿਉਂਕਿ ਧੁੱਪ ਵਾਲੀ ਰਾਤ ਨੂੰ ਲਾਵਾਂਗੇ ਇਹਨੂੰ ਕਿਉਂਕਿ ਜੇ ਹੁਣ ਲਾਉਣਾ ਫਿਰ ਦਿਖਦਾ ਤਾਂ ਹੈ ਨਹੀਂ ਕੁਛ ਐਂਗਲ ਉਂਗਲ ਵੀ ਕਿੱਥੇ ਫਿੱਟ ਕਰਨੀ ਆ ਜੇ ਆਪਾਂ ਅੰਦਰ ਲਾਉਣਾ ਅੰਦਰ ਗੱਡੀ ਖੜੀ ਆ ਫਿਰ ਕਿੱਥੋਂ ਫਿਰ ਹੋਣਾ ਪਊ ਬਹੁਤ ਦੂਰ ਜਾਣਾ ਪਊ ਇਸ ਤੋਂ ਵਧੀਆ ਆਪਾਂ ਰਾਤ ਹੀ ਹੋਣ ਦਾ ਵੇਟ ਕਰ ਲੈਂਦੇ ਹਾਂ ਫੁੱਲੀ ਤਾਂ ਭਾਵੇਂ ਰਾਤ ਕਰਦਾ ਤੇ ਸੱਚ PS3 ਕਰਨਾ ਜਿਵੇਂ ਹਰ ਕੋ ਆਵਾਜ਼ ਕਿਵੇਂ ਦੁੱਕ 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 ਆਵਾਜ਼ ਹੀ ਸਲੋ ਹੋ ਜਾਊਗੀ ਦੁੱਕ 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 ਉਹ ਪੁਰਾਣੀ ਜਿਹੜੀ ਫੀਲ ਆ ਜਿਹੜੀ ਉਹ ਆਊਗੀ ਆਹ ਫਰਕ ਪੈਣਾ ਬਸ ਮੇਨ ਤਾਂ ਤੇ ਆਵਾਜ਼ ਦਾ ਤਾਂ ਸ਼ਾਇਦ ਕੀ ਫਰਕ ਆਵਾਜ਼ ਦਾ ਕੋਈ ਚੱਕਰ ਨਹੀਂ ਮੈਨੂੰ ਲੱਗਦਾ ਬਾਕੀ ਕਰਾ ਕੇ ਪਤਾ ਲੱਗੂਗਾ ਉਹ ਨਾ ਆਇਆ ਕੁਛ ਨਹੀਂ ਕਰਨਾ ਉਹਨਾਂ ਟਾਈਮ ਯਾਰ ਦੇਖੋ ਮੇਰੇ ਕੋਲ ਨੰਬਰ ਪਲੇਟ ਇੱਕ ਹੋਰ ਪਈ ਸੀਗੀ ਆਪਣੀ ਨੰਬਰ ਟੁੱਟ ਗਈ ਸੀ ਨਾ ਮੈਂ ਦੁਬਾਰੇ ਅਪਲਾਈ ਕੀਤੀਆਂ ਸੀ ਜਦੋਂ ਆਪਾਂ ਦੋ ਦੋ ਆਹ ਵਾਲੀਆਂ ਦੋ ਹੋ ਗਈਆਂ ਸੀ ਆਪਣੇ ਕੋਲ ਵੈਸੇ ਹੁੰਦੀਆਂ ਨਹੀਂ ਹੁੰਦੀਆਂ ਪਰ ਹੋ ਗਈਆਂ ਸੀ ਬਸ ਕਿਸੇ ਲੋਟ ਸੋ ਮੈਂ ਦੋਨੋਂ ਲਾ ਕੇ ਨੰਬਰ ਪਲੇਟ ਲਾ ਕੇ ਰੀਲ ਬਣਾ ਲਈ ਦੇਖੋ ਪੁਰਾਣੀ ਕਿੰਨੀ ਭੈੜੀ ਜੀ ਲੱਗਦੀ ਆ ਨਵੀਂ ਕਿੰਨੀ ਚਿੱਟੀ ਚਿੱਟੀ ਆ ਸੋ ਹੁਣ ਵੈਸੇ ਤਾਂ ਆਪਾਂ ਦੋਨੋਂ ਹੀ ਲਾ ਕੇ ਵਧੀਆ ਹੀ ਬਣਾਉਂਦੇ ਨੰਬਰ ਪਲੇਟ ਯਾਰ ਵਧੀਆ ਇਹ ਸੁਜੈਸ਼ਨ ਦਿਓ ਮੈਨੂੰ ਠੀਕ ਆ ਘੈਂਟ ਜਿਹਾ ਨੰਬਰ ਪਲੇਟ ਬਣਾਈਏ ਫਿਰ ਆਪਾਂ ਕੋਈ ਵਿਕੀ ਗ੍ਰਾਫਿਕਸ ਤੋਂ ਉਹਦੇ ਨਾਲ ਨਾਲ ਕਾਫੀ ਲਈ ਸੀ ਫੋਮ ਵਾਸ਼ ਟਾਇਰਾਂ ਦੀ ਫੋਮ ਇਹ ਵੀ ਮਾਰ ਕੇ ਰੀਲ ਰੂਲ ਬਣਾ ਲਈਏ ਰੀਲ ਚੱਲਦੀ ਬਹੁਤ ਆ ਜੇ ਕਿਸੇ ਨੇ ਰੀਲ ਚਲਾਉਣੀ ਆ ਨਾ ਫੋਮ ਮਾਰ ਲਓ ਟਾਇਰਾਂ ਤੇ ਨਹੀਂ ਤੂੰ ਨਹੀਂ ਮਾਰੇਗਾ ਸੋਰੀ ਪਰ ਦੇਖੋ ਟਾਇਰ ਜਾਨ ਪੂਰੇ ਬ੍ਰਾਂਡ ਨਿਊ ਕਰਤੇ ਜੇ ਮਿੱਟੀ ਲੱਗੀ ਮਿੱਟੀ ਚੁੱਕ ਲਈ ਤੁਸੀਂ ਫੋਮ ਵਾਸ਼ ਦੇਖ ਫੋਮ ਵਾਸ਼ ਆ ਗਿਆ ਟਾਇਰ ਫੋਮ ਦੇਖੋ ਸਹੀ ਕਿੰਨਾ ਜ਼ਿਆਦਾ ਨਵਾਂ ਟਾਇਰ ਕਰਤਾ ਇਹ ਜਦੋਂ ਨਵਾਂ ਲਿਆਂਦਾ ਸੀ ਟਾਇਰ ਉਦੋਂ ਨਹੀਂ ਇੰਨਾ ਨਵਾਂ ਸੀਗਾ ਜਦੋਂ ਅੱਜ ਹੋ ਗਿਆ ਆਹ ਲੋ ਕੀ ਹੋਇਆ ਨਾਲਾ ਬੰਦਾ ਬੰਬ ਗਲਾ ਉਹ ਸਾਡੇ ਜਿਹੜੇ ਵਲੌਗ 'ਚ ਹੋ ਗਿਆ ਸੀਗਾ ਤੈਨੂੰ ਮਤਲਬ ਕਿ ਉਹ ਮੂੰਹ ਜਿਹਾ ਬੰਨ ਕੇ ਤੇਰੀ ਬਾਡੀ ਦਿਖਾਈ ਦੁਬਾਰਾ ਦਿਖਾਈ ਟੋਕ ਨੇ ਕਰੀ ਹੋਏ ਪਹਿਲਾਂ ਕਰ ਇੱਕ ਨੇ ਕਰਦੇ ਕਹਿੰਦਾ ਪਹਿਲਾਂ ਸ਼ਰਟ ਕਹਿੰਦਾ ਇੰਨੀ ਖੁੱਲੀ ਹੋ ਗਈ ਕਹਿੰਦਾ ਹੁਣ ਤਾਂ ਤੇਰਾ ਡੈਡੀ ਵੀ ਪਾ ਲਵੇ ਉਵੇਂ ਕਰ ਤੂੰ ਹੀ ਦਿਖਾ ਗਿਆ ਬੈਕ ਪਹਿਲਾਂ ਬੈਕ ਕਰ ਸਾਈਡ ਵਾਲੇ ਸਾਈਡ ਵਾਲੇ ਚਿੱਤੜ ਵੀ ਤੂੰ ਵੀ ਬੈਕ ਵੀ ਦਿਖਾ ਨਾ ਯਾਰ ਅੱਜ ਉਹਨੇ ਘੰਟੇ ਪਹਿਲਾਂ ਵਾਲੇ ਘੰਟੇ ਦਾ ਜੀ ਪਰ ਵਲੌਗ ਡਿਲੀਟ ਹੋ ਗਿਆ ਹੁਣ ਤਾਂ ਖੁੱਲ ਗਿਆ ਸੋਹਣਿਆ ਚਲੋ ਜੀ ਹੁਣ ਹੋ ਗਈ ਸ਼ਾਮ ਵੈਸੇ ਸ਼ਾਮ ਤਾਂ ਅਗਲੇ ਦਿਨ ਜਾਊਗੀ ਕਿਉਂਕਿ ਕੱਲ੍ਹ ਮੈਨੂੰ ਕੰਮ ਪੈ ਗਿਆ ਸੀਗਾ ਸੋ ਕੱਲ੍ਹ ਦਾ ਵੀਡੀਓ ਨਹੀਂ ਬਣਾਈ ਅਤੇ ਹੁਣ ਆ ਗਈ ਅਗਲੀ ਸ਼ਾਮ ਅਤੇ ਹੁਣ ਆਪਾਂ ਰੈਡੀ ਹਾਂ ਆਪਾਂ ਉਹ ਕੀ ਕਹਿੰਦੇ ਨੇ ਲਾਈਟਾਂ ਲਾਉਣ ਵਾਸਤੇ ਅਤੇ ਕੱਲ੍ਹ ਦਾ ਦੇਖੋ ਟਾਇਰ ਪੋਲਿਸ਼ ਮਾਰੀ ਹੋਈ ਮਤਲਬ ਕਿ ਸਪਰੇਅ ਵਾਲੀ ਇੰਨੀ ਵਧੀਆ ਪਿਛਲਾ ਟਾਇਰ ਦਾ ਦੇਖੋ ਤੇ ਵੱਧ ਮਾਰੀ ਹੈ ਇਹ ਜਮੀ ਨਵਾਂ ਲਾਦਾ ਦੇਖੋ ਇੰਨਾ ਨਵਾਂ ਟਾਇਰ ਹੈਲੋ ਜੀ ਮੈਂ ਤਾਰਾਂ ਹੀ ਫਿੱਟ ਕਰਦਾ ਸੀ ਅਤੇ ਆਹ ਮੈਨੂੰ ਨਵੀਂ ਗੱਲ ਦੱਸਦਾ ਏਅਰਬਡਸ ਨੇ ਇਹ ਬਿਨਾਂ ਰਬੜ ਤੋਂ ਦੇਖ ਲਓ ਬੜੇ ਬੜੇ ਕੰਨਾਂ ਵਾਸਤੇ ਹੈੱਡਫੋਨ ਨੇ ਹੈੱਡਫੋਨ ਕੰਨ 'ਚ ਲੱਗਦਾ ਲੈ ਮੇਰੇ ਕਿਤੇ ਫਸਣਗੇ ਹਾਂ ਹੀ ਲਾ ਕੇ ਵਾਧੂ ਜੀ ਬਸ ਲਾ ਦੇ
ਅਰਥਪ੍ਰੀਤ ਆਹ ਦੇਖਦਾ ਇੱਥੇ ਅਰਥ ਇਹਦਾ ਆਹ ਵਧੀਆ ਨਾ ਪਲੇਟਾਂ ਹੀ ਇੰਦਰ ਦੇ ਸਿੱਧੀ ਅਰਥ ਦਿੱਤਾ ਜਾਣਾ ਫਸਾਉਣੀ ਹੋਵਾਂ ਦੇ ਚੱਲ ਪਈ ਤੇਲ ਤਾਂ ਬਾਈ ਕਰੋੜਾਂ ਦਾ ਹੀ ਆ ਮੈਨੂੰ ਲੱਗਦਾ ਕਹਿੰਦਾ ਵੀ ਇਹ ਸਰੀਰ ਬਣਾ ਇਹਨੂੰ ਆਹੋ ਇਹ ਜਿਹੀਆਂ ਹੁਣ ਜੇ ਆਪਾਂ ਨੂੰ ਇਹ ਮਿਸਿੰਗ ਮੁਸਿੰਗ ਦਿੰਦਾ ਬੋਲਟ ਤਾਂ ਵਧੀਆ ਗੱਲ ਹੈ ਇਹ ਹੋਰ ਨੇੜੇ ਆ ਆਪਾਂ ਵੀ ਇਸ ਸਰੀਰ ਦੇ ਸੋ ਮਤਲਬ ਫਿਰ ਰਹਿਣ ਦਿੰਦੇ ਤੇਲ ਪਾਉਣ ਨੂੰ ਤੇਲ ਪਾਉਣਾ ਫਾਇਦਾ ਹੈ ਨਹੀਂ ਲੋਈ ਮਤਲਬ 150 ਤੇਲ ਪਵਾ ਲਿਆ ਹੁਣ ਦੇਖਦੇ ਹੁਣ ਵੀ ਮਿਸ ਕਰਿਆ ਫਿਰ ਮਤਲਬ ਕੋਈ ਪ੍ਰੋਬਲਮ ਆ ਗਈ ਪਟਾਕਿਆਂ ਨਾਲ ਜੇ ਨਹੀਂ ਮਿਸ ਕੀਤਾ ਤਾਂ ਮਤਲਬ ਤੇਲ ਘੱਟ ਸੀਗਾ ਵੈਸੇ ਤੇਲ ਤਾਂ ਬਹੁਤ ਸੀਗਾ ਇਹ 'ਚ ਦੇਖੀ ਬਾਈ ਇਹਦੇ ਕੋਈ ਲੋਡ ਹੀ ਪੈ ਗਿਆ ਤੇਲ ਪਵਾ ਲਿਆ ਫਿਰ ਵੀ ਝਮਕੇ ਮਾਰਦਾ ਤੇਲ ਤਾਂ ਪਹਿਲਾਂ ਵੀ ਵਾਧੂ ਸੀਗਾ ਸੋ ਇਹਦਾ ਹੁਣ ਗਰੰਟੀ ਜੀ ਹੋ ਗਈ ਵੀ ਕੋਈ ਚੀਜ਼ ਮਿਸਿੰਗ ਤਾਂ ਮਾਰਦਾ ਚਲੋ ਵੀ ਮਿੱਤਰੋ ਇੰਨਾ ਹਨੇਰਾ ਹੋ ਗਿਆ ਹੁਣ ਆਪਾਂ ਲਾਈਟਾਂ ਦੀ ਪੋਜੀਸ਼ਨਿੰਗ ਲਾ ਦੇਣਾ ਕਿ ਹੁਣ ਦੇਖੇ ਜਾਣਗੇ ਖੰਭ ਜੇ ਕਿੱਥੇ ਨੇ ਫਿਰ ਉਹਨੂੰ ਲਾ ਕੇ ਫਿੱਟ ਕਰਕੇ ਫਿਰ ਤੁਹਾਨੂੰ ਦਿਖਾਉਣਾ ਚਲੋ ਵੀ ਵੈਸੇ ਮੈਨੂੰ ਨਹੀਂ ਦੱਸ ਹੁੰਦੇ ਹੋਰ ਕਿਤੇ ਘਟਾ ਕੇ ਦੇਖਾਂ ਬ੍ਰਾਈਟਨੈਸ ਨਾ ਯਾਰ ਤੁਹਾਨੂੰ ਨਾ ਸਭ ਉਰੇ ਇੱਕ ਪੈ ਰਹੀ ਹੈ ਮੈਂ ਸੋਚਦਾ ਵੀ ਗੱਬੇ ਬਰਾਈ ਗੱਬੇ ਨਹੀਂ ਵਧੀਆ ਲੱਗਣੀ ਮੇਰੇ ਹਿਸਾਬ ਨਾਲ ਲੱਗਣਗੇ ਤਾਂ ਮੂਹਰੀ ਵਧੀਆ ਜਾਂ ਤਾਂ ਹੈਂਡਲ ਦੇ ਕਿਤੇ ਫਿੱਟ ਕਰਦੇ ਹਾਂ ਜਾਂ ਆਪਾਂ ਕਿਤੇ ਇੱਥੇ ਚਲੋ ਫਿੱਟ ਕਰਕੇ ਦਿਖਾਉਣਾ ਤੁਹਾਨੂੰ ਚਲੋ ਜੀ ਤਾਰ ਆਈਆਂ ਬੰਨਦੀਆਂ ਚੇਪੀ ਨਾਲ ਵੈਸੇ ਹੀ ਕੋਰੇ ਲਾਤੀ ਦੇਖੋ ਕੋਰੇ ਲਾਤੀ ਤੁਹਾਨੂੰ ਫਿਟਿੰਗ ਜੀ ਕਰਕੇ ਤਾਂ ਦੇਖਣਾ ਰਾਤ ਨੂੰ ਕੀ ਮਾਹੌਲ ਰਹਿੰਦਾ ਇਹਦਾ ਆ ਜਾਓ ਵੱਡਾ ਵੀਰ ਵਗਦਾ ਹੀ ਜਾਂਦਾ ਦਿਖਾਉਣਾ ਨਹੀਂ ਹੈਗਾ ਬਾਅਦ 'ਚ ਕਹੋਗੇ ਵੀ ਉਹ ਆ ਗਿਆ ਕਾਪੀਰਾਈਟ ਆ ਗਿਆ ਹਲੋ ਜੀ ਥੋੜ੍ਹਾ ਜਿਹਾ ਹੋਰ ਨਹੀਂ ਰਹੋਗਾ ਤਾਂ ਹੁਣ ਖੰਭ ਜਿਹੜੇ ਉਹ ਪੂਰੇ ਕਲੀਅਰ ਦਿਖਦੇ ਨੇ ਸੋ ਹਾਲੇ ਮੈਂ ਪੱਕੇ ਨਹੀਂ ਫਿੱਟ ਕੀਤੇ ਟੈਂਪਰੇਰੀ ਫਿੱਟ ਕੀਤੇ ਨੇ ਦੇਖੋ ਫਿਰ ਐਵੇਂ ਆ ਕੋ ਮਾਹੌਲ ਠੀਕ ਆ ਅਤੇ ਹੁਣ ਇਹਨੂੰ ਮਾੜੀ ਹੋਰ ਨਹੀਂ ਰਹੋ ਫਿਰ ਬਣਾਉਂਦੇ ਰੀਲਾਂ ਅਤੇ ਦੇਖੋ ਫਿਰ ਘੈਂਟ ਲੱਗਦੇ ਨੇ
ਮਤਲਬ ਜੀ ਹੁਣ ਤਾਂ ਕਾਫੀ ਵਧੀਆ ਨੇਰਾ ਹੋ ਗਿਆ ਇਹਨਾਂ ਫਾਰਮਾਂ ਨੂੰ ਦਿਖਾਉਣ ਵਾਸਤੇ ਵੀ ਕਿੰਨੀ ਵਧੀਆ ਲੱਗਦੀ ਯਾਰ ਮੈਂ ਸ਼ਬਦ ਨਹੀਂ ਸਮਝਦਾ ਵੀ ਹੁਣ ਤੁਸੀਂ ਕਮੈਂਟ ਕਰਕੇ ਸਵੇਰ ਨੂੰ ਉਤਾਰ ਲਈਏ ਕਿ ਨਾ ਉਤਾਰੀਏ ਜੇ ਤਾਂ ਉਤਾਰਨ ਦੀ ਆਈ ਫਿਰ ਤਾਂ ਆਪਾਂ ਨੂੰ ਉਤਾਰ ਦਾਂਗੇ ਨਹੀਂ ਫਿਰ ਇਹਨੂੰ ਵਧੀਆ ਤਰੀਕੇ ਨਾਲ ਫਿਕਸ ਕਰ ਲਾਂਗੇ ਕਿਤੇ ਜੇ ਨਹੀਂ ਉਤਾਰ ਜੇ ਮੂੰਹ ਤਾਂ ਜੇ ਕਿਉਂਕਿ ਮੈਂ ਕਮੈਂਟ ਦੇਖੀ ਸੀ ਉਦੋਂ ਵਧੀਆ ਲੱਗੀ ਉਹਨੂੰ ਛਬਰੀ ਵੀ ਲੱਗਦੀ ਆਏ ਤੇ ਗੱਡੀ ਦੀ ਛਬਰੀ ਲੱਗਦੀ ਆ ਬੋਲਦੇ ਦੱਸੋ ਠੀਕ ਆ ਤੇ ਬਈਆ ਰੀਲ 'ਚ ਪਟਾਕੇ ਜੇ ਵਜਾਏ ਸੀਗੇ ਸਾਰੀ ਮਿਸਿੰਗ ਠੀਕ ਹੋ ਗਈ ਇਹਦੀ ਹੁਣ ਨਹੀਂ ਮਾਰਦਾ ਤੇ ਹਨਾ ਉਹਦੀਆਂ ਰੀਲਾਂ ਬਣਾਉਣ ਵਾਸਤੇ ਮੈਂ ਉਹ ਮੈਨੂੰ ਉਰੇ ਚੜ੍ਹਨਾ ਪਿਆ ਅਤੇ ਹੁਣ ਉਰੇ ਚੜ੍ਹ ਕੇ ਰੀਲਾਂ ਰੂਲਾਂ ਬਣਾਉਣੇ ਦੇਖੋ ਕੁਛ ਇਹੋ ਜਿਹਾ ਲੱਗ ਰਿਹਾ ਉੱਤੋਂ ਇਹ ਹਾਂ ਦੇਖੋ ਦਿਖਾ ਦਾ ਦਮਾ ਮੈਂ ਸਹੀ ਆ ਮਾੜੀ ਨਹੀਂ ਲੱਗਦੀ ਵੈਸੇ ਚੱਲ ਠੀਕ ਆ ਰੀਲ ਬਣਾਉ ਹੁਣ ਤੁਹਾਨੂੰ ਬਲੈਕ ਉੱਤਰਾ ਦਿਖਾਉਣੇ ਬਹੁਤ ਹੀ ਜਾਨਲੇਵਾ ਸਟੰਟ ਸੀਗਾ ਇਹ ਚਲੋ ਜੀ ਉਹ ਆਪਣਾ ਖੜਾ ਬੁਲਟ ਸੋ ਆਪਾਂ ਕਾਫੀ ਐਂਕਲਾਂ ਤੋਂ ਰੀਲਾਂ ਰੂਲਾਂ ਬਣਾ ਲਈਆਂ ਸੋ ਵਧੀਆ ਬਣੀਆਂ ਤੁਸੀਂ ਦੇਖ ਲਓ ਰੀਲਾਂ ਅਤੇ ਰੀਲਾਂ ਪਹਿਲਾਂ ਪਤਾ ਯਾਰ ਵਲੋਗ ਇੱਕ ਦੋ ਦਿਨ ਲੇਟ ਆਉਣਾ ਉਹ ਕਮਿਊਨਿਟੀ ਗਾਈਡਲਾਈਨ ਕਰਕੇ ਸੋ ਚਲੋ ਆਪਾਂ ਅੱਜ ਦਾ ਵਲੋਗ ਆਪਾਂ ਰੀਐਂਡ ਕਰਦੇ ਹਾਂ ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਦੱਸਿਓ ਵੀ ਆਪਾਂ ਲੈਟਾਂ ਰੱਖ ਲਈਏ ਕਿ ਨਾ ਰੱਖ ਲਈਏ ਅਤੇ ਬਾਕੀ ਬਲੈਕ ਜੀ ਨਾਲ ਬੜੀ ਮਿਹਨਤ ਕੀਤੀ ਹੈ ਕੈਮਰਾ ਐਂਗਲ ਉਂਗਲ ਬਣਾਉਣ ਦੇ ਵਿੱਚ ਸੋ ਬਲੈਕ ਜੀ ਨੂੰ ਇੱਕ ਸ਼ਾਊਟ ਆਊਟ ਦੇਣਾ ਚਾਹੀਦਾ ਕੀ ਜਾਨਾਂ ਦਾ ਨਵਾਂ ਤਰਾ ਜੇ ਤੁਹਾਡਾ ਮਤਲਬ ਕਿ ਟਾਈਮ ਵਧੀਆ ਲੰਘ ਰਿਹਾ ਤੁਸੀਂ ਐਂ ਚਾਹੁੰਦੇ ਵੀ ਤੁਹਾਡਾ ਟਾਈਮ ਖਰਾਬ ਹੋ ਜਾਵੇ ਬੇਕਾਰ ਤੁਸੀਂ ਬਾਹਲੇ ਜ਼ਿਆਦਾ ਬੋਰ ਹੋਣਾ ਚਾਹੁੰਦੇ ਹੋ ਤਾਂ ਇਹਦਾ ਵਲੋਗ ਦੇਖ ਲਿਓ ਕੀ ਆ ਉਹ ਅਤੇ ਇਹਦਾ ਆਈ ਡੀ ਹੈਗੀ ਹਰਸ VLOGX ਮਤਲਬ ਇਹਨੇ ਸ਼ੋਅ ਤਾਂ ਕੀਤਾ ਮੈਂ ਕਾਪੀ ਨਹੀਂ ਕਰਦਾ ਬਸ ਇੱਕ ਅੱਖਰ ਬਦਲ ਕੇ ਆਪਦੇ ਨੂੰ ਆਪਣੇ ਐਂ ਸਮਝਦਾ ਵੀ ਸੋ ਬਾਕੀ ਮੇਰੇ ਦੱਸਣ ਨਵੇਂ ਵਲੋਗ ਦੇ ਵਿੱਚ ਤਦ ਤੱਕ ਲਿਓ ਬਾਏ ਟਾਟਾ ਅਤੇ ਹੁਣ ਤੁਸੀਂ ਕਹੋਗੇ ਹੋਮ ਟੂਰ ਉਹ ਫੇਰ ਕਰਾਂਗੇ ਯਾਰ ਆਪਾਂ ਥੋੜ੍ਹਾ ਲੇਟਰ